जी पिछले दिन बनाई सी जी आप 260 दी ते गाजी दी एक एक फेरा लाया सीगा खेलां दे उत्ते ते चक्कर दे विच पता लगा सी टाइम टेबल आपां नोट कीता सी मेरा अंदाजा सी वी गाजी जिहड़ा आ छेती फेरा मुकम्मल करेगा ते अपना बहुत बेहतरीन टाइम रहा सी। अज है तो बहुत बत्तर बारिश पई है, ए दिखाई थले ऐ हले पानी समझ लो वाही दे विच खड़ा इन्ना बत्तर है ते इहदे विच कोशिश करदे आं डिस्क खोल दिंदे आं फुल ते फुल खोल के ना ये अपना पहले दबांग दे मगर आप एक गेड़ा ला के चेक करते हैं फिर इनू टू व्हील के उत्ते करके एक गेड़ा लाने फिर टू व्हील तो बाद एक गेड़ा 4x4 करके दा लगा देंगे तो पता चल जाएगा भी ये की करते हैं दोनों दोनों का टाइम टेबल की रहा स्टॉप वाच जी एक बंदे दे हाथ च होएगी जिहड़ा टाइम नोट करेगा। दबांग ट्रैक्टर आ1 मिनट 14 सेकंड है जी दबंग साहब का टाइम आ 1 मिनट 14 सेकंड इतने करो ना इदा 1 मिनट 14 सेकंड जी ते हुण मैं 85 पौना टू व्हील करके Yeah।
ਇਹਨੂੰ ਆਪਾਂ ਲਾਵਾਂਗੇ ਵੀਰੇ ਦਾਦੀ, ਪਹਿਲੇ ਆਪਾਂ ਲਾਵਾਂਗੇ 2 ਵੀਲ ਕਰਕੇ ਜਿਹੜਾ ਟਾਈਮ ਨੋਟ ਕਰਾਂਗੇ, ਫਿਰ ਇੱਕ 4x4 ਕਰਕੇ ਲਾਵਾਂਗੇ, ਤਿੰਨਾਂ ਦੇ ਟਾਈਮ ਦਾ ਪਤਾ ਚੱਲ ਜਾਏਗਾ। ਜਰਾ 385 ਦਾ 2 ਵੀਲ ਦੇ ਗੇੜਾ ਲੱਗਣ ਲੱਗਾ ਵਾ, ਪਹਿਲਾਂ ਫੁੱਲ ਖੋਲੀਆਂ ਡਿਸਕਾਂ 85 ਦੇ। ਇੱਕ ਮਿੰਟ ਅਤੇ 28 ਸਕਿੰਟ ਜਿਹੜਾ ਦਬਾਂਗ ਆ, 1 ਮਿੰਟ ਅਤੇ 14 ਸਕਿੰਟਾਂ 'ਚ ਉਹਨੇ ਗੇੜਾ ਮੁਕੰਮਲ ਕੀਤਾ ਹੈ। ਅਤੇ ਦਬਾਂਗ ਸਾਹਿਬ ਜਿਹੜੇ ਆ ਨਾ, ਉਹਨਾਂ ਨੇ ਬੜਾ ਅੱਛਾ ਫੇਰਾ ਲਾਇਆ ਇਸ ਹਿਸਾਬ ਨਾਲ, ਅਤੇ 85 ਨੇ ਬਹੁਤ ਲੰਬੀ ਚਲਾਈ ਆ। ਅਤੇ ਬਹਰਹਾਲ ਹੁਣ ਮੈਂ ਇੱਕ 4x4 ਵੀ ਗੇੜਾ ਕਰਕੇ ਲਾ ਕੇ ਦੇਖਦਾ ਹਾਂ, ਤਾਂ ਕਿ ਕੋਈ ਟਾਈਮ ਦਾ ਕੋਈ ਪਤਾ ਚੱਲੇ ਡਿਫਰੈਂਸ ਕਿੰਨਾ ਕੁ ਆਉਂਦਾ ਆ। ਠੀਕ ਹੈ ਜੀ, ਤੁਸੀਂ ਆਪਣੀ ਘੜੀ ਰੈਡੀ ਕਰੋ ਜੀ, ਤੁਸੀਂ ਵੀ ਵੀਡੀਓ ਚੱਲਣ ਦਿਓ। 14 ਸਕਿੰਟ ਲੇਟ ਹੈ 85 ਇਸ ਗੇੜੇ 'ਚ, 14 ਸਕਿੰਟ ਪਹਿਲੇ ਲਾ ਲਿਆ 2 ਵੀਲ 85 ਨੇ, ਦਬਾਂਗ ਨੇ। ਦਬਾਂਗ ਨੇ ਬੜੇ ਪੱਕੇ ਜਿਹੇ ਪੈਰਾਂ ਨਾਲ ਤੁਰਿਆ ਗਿਆ, ਮੈਨੂੰ ਲੱਗਦਾ ਸੀ ਵੀ ਇਹ ਜਿੱਤ ਜਾਏਗਾ। ਪਰ ਦਬਾਂਗ ਨੇ ਇੱਕ ਚੀਜ਼ ਹੋਰ ਵੀ ਦੱਸੀ, ਦਬਾਂਗ ਨੇ ਬੂਹਾਂ ਬਹੁਤ ਮਾਰੀਆਂ। ਉਹ ਬੂਹਾਂ ਯਾਰ ਨਵਾਂ ਕਰਕੇ ਮਾਰੀ ਹੈ ਨਾ, ਉਹਦਾ ਨਹੀਂ ਮਸਲਾ, ਉਹ ਭਾਈ ਨਵਾਂ ਕਰਕੇ ਨਾ, ਨਵਾਂ ਕਰਕੇ ਉਹ ਸਮੈਲ ਸੀ ਬਸ। ਹੁਣ ਮੈਂ 4x4 ਕਰਕੇ ਲਾਉਣਾ, ਦੇਖਦੇ ਹਾਂ ਵੀ ਇੰਨੇ ਲੋਡ ਦੇ ਉੱਤੇ ਡਿਸਕ 4x4 ਖਿੱਚਦਾ ਵੀ ਆ ਕਿ ਨਹੀਂ। ਇਹ ਪਈ ਜਾਂਦਾ ਖਦਾਨ, ਬੱਤਰ ਬਹੁਤ ਆ, ਡਿਸਕ ਤੁਰਨ ਹੀ ਨਹੀਂ ਦਿੰਦੀ, ਪਕੜ ਲੈਂਦੀ ਹੈ ਪਿੱਛੋਂ। ਕਟਾਈ ਦਿਖਾਈ ਡਿਸਕ ਦੀ ਕਿ ਨਹੀਂ? ਕਟਾਈ ਦਿਖਾਈ ਹੋਈ ਡਿਸਕ ਦੀ, ਡਿਸਕ ਦੀ ਕਟਾਈ ਵਿੱਚ ਆਉਣੀ ਚਾਹੀਦੀ। ਹੁਣ ਅਗਲੀ ਵਾਰੀ ਜਦੋਂ ਡਿਸਕ ਐਂ ਆਵੇ, ਕਟਾਈ ਦਿਖਾਉਣੀ। ਹੁਣ ਇੱਕ ਗੇੜਾ ਜੀ 4x4 ਤੇ ਆਉਣ ਲੱਗੇ ਆ। ਡਿਸਕਾਂ ਦੀ ਕਟਾਈ ਵੀ ਚੈੱਕ ਕਰ ਲਓ ਤੁਸੀਂ। ਕਟਾਈ ਚੈੱਕ ਕਰੋ ਜੀ ਡਿਸਕਾਂ ਦੀ।
ਹਾਂਜੀ 1 ਮਿੰਟ ਤੇ 3 ਸਕਿੰਟ ਯਾਨੀ 14 ਚੋਂ 3 ਕੱਢੇ 12 ਯਾਨੀ 12 ਸਕਿੰਟ ਪਹਿਲੇ ਜਿਹੜਾ 4x4 ਨੇ 2 ਵੀਲ 85 ਨਾਲੋਂ ਤਾਂ ਬਹੁਤ ਜ਼ਿਆਦਾ ਤੇ ਦਬੰਗ ਨਾਲੋਂ 12 ਸੈਕਿੰਡ ਪਹਿਲੇ ਜਿਹੜਾ ਆ ਉਹ ਚੱਕਰ ਮੁਕੰਮਲ ਕੀਤਾ ਬਿਹਤਰੀਨ ਟਾਈਮ ਹੈ 4x4 ਦਾ ਜਿਹੜਾ ਬੈਨੀਫਿਟ ਹੋਣਾ ਚਾਹੀਦਾ ਉਹ ਇਹਨੇ ਦਿਖਾਇਆ ਬਾਕੀ ਖਦਾਨ ਪਾਏ ਹੋਏ ਦਿਖਾ ਦੇ ਡਿਸਕਾਂ ਨੇ ਚਸਕਾ ਕਰਾ ਤਾ ਡਿਸਕਾਂ ਨੇ ਇੰਨਾ ਬੱਤਰ ਸੀਗਾ ਮਿੱਟੀ ਵੇਖ ਲਓ ਤਵਿਆਂ 'ਚ ਸ਼ਾਫਟ ਦੇ ਉੱਤੋਂ ਦੀ ਮਿੱਟੀ ਟੱਪਦੀ ਰਹੀ ਹੈ ਅਗਲਿਆਂ ਨੇ ਕਟਾਈ ਕਰਨੀ ਹੁੰਦੀ ਆ ਮਿੱਟੀ ਹਮੇਸ਼ਾ ਪਿਛਲਿਆਂ 'ਚ ਹੁੰਦੀ ਹੈ ਇਹ ਵੇਖ ਲਓ ਖਾਲਾ ਪਾ ਦਿੱਤਾ ਆ ਬੱਤਰ ਬਹੁਤ ਸੀ ਬਾਰਿਸ਼ ਜੰਮ ਜੰਮ ਕੇ ਪਈ ਸੀ ਇਹ ਖਾਲੇ ਪੈ ਗਏ ਇੱਥੇ ਹੁਣ ਜਦੋਂ ਹਲ ਵੱਜਣਗੇ ਤਾਂ ਥੱਲੇ ਲੋੜ ਕਿਸੇ ਸ਼ਾਇਦ ਹੀ ਨਹੀਂ ਨਜ਼ਾਰਾ ਆ ਗਿਆ ਵੈਸੇ ਇੰਨੀ ਖੋਲ੍ਹ ਕੇ ਡਿਸਕ ਜਿਹੜੀ ਆ ਨਾ ਦਬੰਗ ਨੇ ਮੈਨੂੰ ਬਹੁਤ ਮਜ਼ਾ ਦਿੱਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਲੇਕਿਨ ਇੱਕ ਐਸ ਫੇਰੇ ਦੇ ਵਿੱਚ ਚੈਕਿੰਗ ਮੈਕਿੰਗ 'ਚ ਤਾਂ ਬਹੁਤ ਸਵਾਦ ਆਇਆ ਬਾਈ ਬਾਕੀ ਤਾਂ ਮੈਨੂੰ ਨਹੀਂ ਪਤਾ ਐਵੇਂ ਬੰਦਾ ਆਖੇ ਕਾਕਾ ਸਾਹਿਬ ਕੈਸਾ ਤੁਹਾਨੂੰ ਕਿਹੜਾ ਪਰਫੋਰਮੈਂਸ ਅੱਛੀ ਲੱਗੀ ਕਿਹਦੀ ਉਹ ਤੂੰ ਦਬੰਗ 'ਤੇ ਲੈ ਆਈ ਉਹ ਦਬੰਗ 'ਤੇ ਲੈ ਆਈ ਫੇਰਾ ਤੂੰ ਚੱਲ ਟੂ ਵੀਲ ਕਰਕੇ ਲੈ ਜਾ ਫਿਰ ਟੂ ਵੀਲ 'ਤੇ ਨੇ ਬਹੁਤੀ ਲੰਬੀ ਵਿਖਾਉਣੀ ਆ ਟੂ ਵੀਲ 'ਤੇ ਤਾਂ ਗੰਦ ਕਰ ਜਾਂਦੇ ਆ 85 ਉਹ 4x4 ਕੱਢ ਦੇ ਕਟਾਈ ਥੋੜ੍ਹੀ ਕਰੀ ਦੀ ਹੈ ਇਹਦੀ ਹਾਂ ਬ੍ਰੇਕ ਨਹੀਂ ਬਹੁਤੀ ਮਾਰੀ ਦੀ ਵੈਰੀ ਗੁੱਡ ਗੇਅਰ ਕਿਹੜਾ ਲਾਇਆ ਦੂਆ ਦੂਆ ਕੌਣ ਲਾਉਂਦਾ ਬਹਰਹਾਲ ਉਹ ਹੁਣ ਚੈਕਿੰਗ ਆਪਣੀ ਕੰਨ ਚੱਲਾ ਇਹਨੇ ਵਕੀ ਹੋਈ 'ਚ ਵਾੜਨੀ ਆ ਵਕੀ ਹੋਈ 'ਚ ਟੂ ਵੀਲ ਕੋਈ ਡਿਸਕਾਂ ਖਿੱਚ ਹੀ ਨਹੀਂ ਹੋਣੀਆਂ ਮੈਨੂੰ ਪਤਾ ਇਹਦਾ ਟੂ ਵੀਲ ਕੀ ਸ਼ਾਇ ਦੇਖ ਇਹਦੇ ਕੰਮ ਇਹ ਮਾਰੇਗਾ ਪਰਾਂ ਦਰਖਤ ਦੇ ਵਿੱਚ ਓਏ ਇਹਦੇ ਕੋਲ ਮੋੜਨਾ ਹੀ ਨਹੀਂ ਅਗਰ ਦਰਖਤ 'ਤੇ ਚੜ੍ਹ ਜਾਣਾ ਕਾ ਕੇ ਫੜ ਮੈਨੂੰ ਮੋੜ ਦੇਵਾਂ ਆ ਗਿਆ ਸੀ ਇਹ ਟੂ ਵੀਲ ਵਾਲਾ ਇਹਨੇ ਵਕੀ ਹੋਈ ਤੇ ਮਾਰਨਾ ਆ ਇਹ ਲੰਬੀ ਨਿਕਲਦੀ ਹੋਈ ਤੁਸੀਂ ਵੇਖ ਲਓ ਇਹ ਮੈਂ ਐਕਸਟਰਾ ਤੁਹਾਨੂੰ ਬੋਨਸ 'ਚ ਵੀਡੀਓ ਪਾ ਰਿਹਾ ਇੱਥੇ ਇਹਨੇ ਸਿੱਧਾ ਹੋ ਕੇ ਨਹੀਂ ਤੁਰਨਾ ਟੂ ਵੀਲ 'ਤੇ ਬਹਰਹਾਲ ਦਬੰਗ ਘੜੀ ਦੀ ਘੜੀ ਤਾਂ ਬਾਈ ਕਰਾ 'ਤੇ ਨਜ਼ਾਰੇ ਬੜੇ ਪੱਕੇ ਜਿਹੇ ਪੈਰਾਂ ਨਾਲ ਲੈ ਕੇ ਗਿਆ ਬਹਰਹਾਲ ਮੈਨੂੰ ਲੱਗਦਾ ਵੀ ਇਹਨੂੰ ਬੈਨੀਫਿਟ ਹੈ ਜਿਹੜਾ ਨਾ ਵੇਟ ਜਿਹੜੇ ਆ ਨਾ ਉਹ ਇਹਨੂੰ ਬੈਨੀਫਿਟ ਜਿਹੜਾ ਉਹਦਾ ਬੜਾ ਬਿਹਤਰੀਨ ਬੈਨੀਫਿਟ ਆ ਇਹਦਾ ਇਹਨੂੰ ਲੌਂਗ ਟਾਈਮ ਵਾਸਤੇ ਚਲਾਵਾਂਗੇ ਸਾਰੇ ਦੋਸਤ ਕਹਿੰਦੇ ਸੀਗੇ ਵੀ ਇਹਦੀ ਵੀਡੀਓ ਪਾਓ ਵੀਡੀਓ ਦੀ ਬਾਈ ਤੁਹਾਨੂੰ ਪਾਵਾਂਗੇ ਜ਼ਰੂਰ ਪਾਉਂਗੇ ਇਹਦੀ ਨਾ ਅਸਲ ਵਿੱਚ ਬਾਰਿਸ਼ਾਂ ਵੇਖੋ ਕਿੰਨੀਆਂ ਪਈਆਂ ਬਿਲਕੁਲ ਪਾਣੀ ਨਾਲ ਭਰੀ ਪਈ ਧਰਤੀ ਅਤੇ ਇਸ ਕਰਕੇ ਜਿਹੜਾ ਨਾ ਅਸੀਂ ਕੋਈ ਪ੍ਰੋਪਰ ਜਿਹੜਾ ਇਹਦਾ ਹਾਲੇ ਕੋਈ ਸ਼ਹਿਰ ਨਹੀਂ ਚਲਾਈ ਆ ਜਿਵੇਂ ਹੁਣ ਬੱਤਰ ਸ਼ੁਰੂ ਹੁੰਦੇ ਆ ਨਾ ਜਿਹੜੇ ਜਿਹੜੇ ਕੰਮ ਵੀ ਕਰੇਗਾ ਉਹਦੀ ਵੀਡੀਓ ਤੁਹਾਨੂੰ ਪਾ ਦੇਵਾਂਗੇ ਅਤੇ ਪਰਫੋਰਮੈਂਸ ਪਰਫੋਰਮੈਂਸ ਤੁਹਾਨੂੰ ਦਿਖਾਈ ਰੱਖਾਂਗੇ ਡਿਸਕਾਂ ਦੀ ਕਟਾਈ ਵੇਖ ਲਓ ਕਿੰਨੀ ਆ ਇਸੇ ਕੋਲੋਂ ਇਹਨਾਂ ਡਿਸਕਾਂ ਨੂੰ ਮੈਂ ਛਾਤੀ ਨਾਲ ਲਾ ਕੇ ਰੱਖਿਆ ਆ ਵਰਨਾ ਇਹ ਕਦੋਂ ਦੀਆਂ ਵੇਚ ਦੇਣੀਆਂ ਬਸ ਲਓ ਜੀ